ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਹਟਾਉਣ ਤੋਂ ਬਿਨਾਂ ਪਾਰਟੀ ਉੱਪਰ ਨਹੀਂ ਉੱਠ ਸਕਦੀ, ਇਹ ਕਲੀਅਰ ਵੀ ਲੀਡਰਸ਼ਿਪ ਬਦਲੋ, ਪ੍ਰਧਾਨ ਕਲੀਅਰ ਕੱਟ ਸੀ, ਉਹ ਤਾਂ ਕਲੀਅਰ ਕੱਟ ਸੀ। ਬੰਦੀ ਸਿੰਘਾਂ ਦਾ ਮਸਲਾ ਸੀ, ਅਸੀਂ ਕਿਸਾਨੀ ਦਾ ਮਸਲਾ ਸੀ, ਅਸੀਂ ਇਸ ਕਰਕੇ ਅਸੀਂ ਕਿਸਾਨਾਂ ਨਾਲ ਖੜੇ ਹਾਂ, ਬੰਦੀ ਸਿੰਘਾਂ ਨਾਲ ਖੜੇ, ਇਸ ਕਰਕੇ ਬੀਜੇਪੀ ਨਾਲ ਨਹੀਂ। ਬੰਦੀ ਸਿੰਘ ਵੀ ਰਿਹਾ ਹੋ ਕੇ ਫਿਰ ਸਾਰਾ ਕੁਝ ਰੁਕ ਗਿਆ ਸੀ, ਜੇ ਸੀਟਾਂ ਨਾ ਮਿਲੀਆਂ ਤੇ ਫਿਰ ਸਾਰਾ ਕੁਝ ਰੁਕ ਗਿਆ। ਜੇਲ ਨਹੀਂ ਕੱਟੀ ਸੁਖਬੀਰ ਬਾਦਲ ਨੇ, ਜੇਲ ਨਹੀਂ ਕੱਟੀ ਹੈ ਕਹਿੰਦੇ, ਜਿਹੜੇ ਵੀ ਸਲਾਹ ਗੈਰ ਅਕਾਲੀ ਸਲਾਹਕਾਰ, ਅਸੀਂ ਇਹੀ ਗੱਲ ਜੇ ਅਸੀਂ ਸਾਹ ਸੁਖਬੀਰ ਸਿੰਘ ਬਾਦਲ ਹੋਣਾ ਤੇ ਆਸ ਕਰਦੇ ਆ ਕਿ ਉਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ, ਤਾਂ ਸਾਨੂੰ ਵੀ ਫਿਰ ਉਸ ਰਾਹ 'ਤੇ ਚੱਲਣਾ ਪਏਗਾ ਕਿ ਪਾਰਟੀ ਨੂੰ ਕਿਵੇਂ ਬਚਾਇਆ ਜਾਵੇ, ਪਾਰਟੀ ਜਿਹੜੀ ਅੱਜ ਤੋਂ ਫਰਸ਼ 'ਤੇ ਆ ਗਈ, ਪਾਰਟੀ 'ਚ ਕਿਹੜੀਆਂ ਕਮੀਆਂ ਖਾਮੀਆਂ ਕਿਤਾਈਆਂ ਰਹੀਆਂ ਨੇ ਜਿਹਦੇ ਕਰਕੇ ਲੋਕ ਵਾਰ ਵਾਰ ਨਕਾਰ ਰਹੇ ਨੇ। ਪ੍ਰੇਮ ਸਿੰਘ ਚੰਦੂਮਾਜਰਾ ਚਾਹ ਦੀਆਂ ਚੁਸਕੀਆਂ ਲੈ ਰਹੇ ਨੇ, ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਚੁਸਕੀਆਂ ਕਿਸ ਦੀਆਂ ਖਰਾਬ ਕਰ ਰਹੇ, ਗੱਲਬਾਤ ਕਰ ਲੈਂਦੇ ਹਾਂ। ਚੰਦੂਮਾਜਰਾ ਸਾਹਿਬ, ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਸੁਖਬੀਰ ਬਾਦਲ ਹੋਰਾਂ ਦੀ ਚੁਸਕੀਆਂ ਤੁਸੀਂ ਖਰਾਬ ਕਰਤੀਆਂ? ਨਹੀਂ ਸਾਹ, ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਚੁਸਕੀਆਂ ਅਸੀਂ ਨਹੀਂ ਖਰਾਬ ਕੀਤੀਆਂ। ਪਹਿਲੀ ਗੱਲ ਤਾਂ ਸਾਹ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੈਂ ਜ਼ਰੂਰ ਅਪੀਲ ਕਰਨਾ ਚਾਹੁੰਦਾ ਕਿ ਉਹ ਪਾਰਟੀ ਨੂੰ ਜੋੜਨ ਦਾ ਕੰਮ ਕਰਨ, ਤੋੜਨ ਦਾ ਕੰਮ ਨਾ ਕਰਨ, ਪਾਰਟੀ ਨੂੰ ਇੰਟੈਕਟ ਰੱਖਣ, ਪਾਰਟੀ ਨੂੰ ਖੰਡਾਉਣ ਨਾ, ਇੱਕ ਧੜੇ ਦੇ ਇੱਕ ਗਰੁੱਪ ਦੇ ਲੀਡਰ ਨਾ ਬਣਨ, ਸਮੁੱਚੀ ਪਾਰਟੀ ਦੇ ਲੀਡਰ ਬਣਨ, ਔਰ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ, ਲੋਕਾਂ ਦੀ ਜਿਹੜੀ ਸੋਚ ਆ, ਜੇ ਕੋਈ ਉਹਨਾਂ ਤੱਕ ਪਹੁੰਚਾਉਂਦਾ ਉਹਦੀ ਕਦਰ ਕਰਨ। ਹੁਣ ਮੈਨੂੰ ਤੁਸੀਂ ਦੱਸੋ, ਪਹਿਲੀ ਗੱਲ ਤਾਂ ਇੱਕ ਧੜੇ ਪਿਛਲੇ ਲਗਾਤਾਰ ਇੱਕ ਹਫ਼ਤਾ ਇੱਕ ਗਰੁੱਪ ਦੀ ਇੱਕ ਧੜੇ ਦੀਆਂ ਮੀਟਿੰਗਾਂ ਕਰਕੇ ਪਾਰਟੀ ਨੂੰ ਖੰਡਾਉਣ ਦੇ ਰਾਹ 'ਤੇ ਤੁਰੇ ਸਾਹ ਸੁਖਬੀਰ ਸਿੰਘ ਬਾਦਲ ਨੂੰ, ਜੇ ਕੁਛ ਸਿਰਦ ਲੋਕਾਂ ਨੇ ਬੈਠ ਕੇ ਵਿਚਾਰ ਕੇ ਰਾਇ ਦਿੱਤੀ ਆ ਕਿ ਪਾਰਟੀ ਨੂੰ ਕਿਵੇਂ ਬਚਾਇਆ ਜਾਵੇ, ਪਾਰਟੀ ਜਿਹੜੀ ਅਰਸ਼ ਤੋਂ ਫਰਸ਼ 'ਤੇ ਆ ਗਈ, ਪਾਰਟੀ 'ਚ ਕਿਹੜੀਆਂ ਕਮੀਆਂ ਖਾਮੀਆਂ ਕਿਤਾਈਆਂ ਰਹੀਆਂ ਨੇ ਜਿਹਦੇ ਕਰਕੇ ਲੋਕ ਵਾਰ ਵਾਰ ਨਕਾਰ ਰਹੇ ਨੇ। ਇੱਕ ਵਾਰੀ ਹੋਵੇ, ਦੋ ਵਾਰੀ ਹੋਵੇ, ਲਗਾਤਾਰ ਪੰਜ ਵਾਰ 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 ਲੋਕਾਂ ਦਾ ਫਤਵਾ ਪਾਰਟੀ ਨੂੰ ਨੀਚੇ ਲਿਜਾ ਰਿਹਾ ਹੋਵੇ, ਕੋਈ ਵਿਚਾਰਨ ਦੀ ਲੋੜ ਆ, ਕੋਈ ਸੋਚਣ ਦੀ ਲੋੜ ਆ? ਮਤਲਬ ਹੋਰ ਨਿਗਾਰ ਵੱਲ ਜਾ ਕੇ ਜਾਏਗੀ ਪਾਰਟੀ, ਫੇਰ ਕਿਤੇ ਅਸੀਂ ਛੱਡਾਂਗੇ? ਜੇ ਕੋਈ ਇਸ ਕਿਸਮ ਦੀ ਸੁਹਿਰਦ ਰਾਏ ਦਿੰਦਾ ਕਿ ਪਾਰਟੀ ਨੂੰ ਕਿਵੇਂ ਬੁਲੰਦੀਆਂ ਵੱਲ ਜਾਈਏ, ਪਾਰਟੀ ਨੂੰ ਕਿਵੇਂ ਮਜ਼ਬੂਤ ਕਰੀਏ, ਕੀ ਉਹ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਗੱਲ ਆ, ਕੀ ਪਾਰਟੀ ਨੂੰ ਉਹ ਤੋੜਨ ਵਾਲੀ ਗੱਲ ਆ, ਕੀ ਪਾਰਟੀ ਵਿਰੋਧੀ ਗੱਲ ਆ? ਬਲਕਿ ਇਸ ਤਰ੍ਹਾਂ ਦੀ ਸੋਚ ਵਾਲੇ ਲੋਕਾਂ 'ਤੇ ਉਂਗਲਾਂ ਉਠਾਉਣਾ, ਔਰ ਉਹਨਾਂ ਲੋਕਾਂ ਵੱਲੋਂ ਉਂਗਲਾਂ ਉਠਾਉਣਾ ਜਿਹਨਾਂ ਨੇ 5 ਮਿੰਟ ਕਦੇ ਜੇਲ੍ਹ ਨਾ ਕੱਟੀ ਹੋਵੇ, 5 ਮਿੰਟ ਕਿਤੇ ਅਕਾਲੀ ਦਲ ਵੱਲੋਂ ਲਾਏ ਮੋਰਚਿਆਂ ਸੰਘਰਸ਼ਾਂ ਵਿੱਚ ਯੋਗਦਾਨ ਨਾ ਪਾਇਆ ਹੋਵੇ। ਕਿਹਨੇ ਜੇਲ੍ਹ ਨਹੀਂ ਕੱਟੀ? ਸੁਖਬੀਰ ਬਾਦਲ ਨੇ ਜੇਲ੍ਹ ਨਹੀਂ ਕੱਟੀ ਹੈ ਕਹਿੰਦੇ? ਜਿਹੜੇ ਵੀ ਸਲਾਹ ਗੈਰ ਅਕਾਲੀ ਸਲਾਹਕਾਰ ਜਿੰਨੇ ਵੀ ਮਤਲਬ ਮੈਂ ਸਮਝਦਾ ਦੇ ਰਹੇ ਨੇ ਰਾਏ, ਉਹਨਾਂ ਪਰਿਵਾਰਾਂ 'ਤੇ ਉਂਗਲ ਉਠਾ ਰਹੇ ਨੇ। ਭੁੰਦੜ ਸਾਹਿਬ ਤਾਂ ਕਹਿੰਦੇ ਮੈਂ ਐਮਰਜੈਂਸੀ ਸਭ ਤੋਂ ਪਹਿਲਾਂ ਜੇਲ੍ਹ 'ਚ ਸੀ। ਸਾਹਿਬ ਤਾਂ ਉਹਨੇ ਤਾਂ ਕੱਟੀ ਹੈ ਜੇ, ਇਕੱਲਾ ਭੁੰਦੜ ਸਾਹਿਬ ਨੂੰ ਛੱਡ ਕੇ ਮੇਰਾ ਖਿਆਲ ਆ ਵੀ ਜਿਹੜੇ ਇਹ ਗੱਲਾਂ ਉਹਨਾਂ ਪਰਿਵਾਰਾਂ 'ਤੇ ਉਂਗਲ ਉਠਾ ਰਹੇ ਨੇ ਭੁੰਦੜ ਸਾਹਿਬ ਤੋਂ ਬਿਨਾਂ, ਜਿਹੜੇ ਪਰਿਵਾਰਾਂ ਨੇ ਮਤਲਬ ਇਸ ਅਕਾਲੀ ਦਲ ਦੀ ਵਿਰਾਸਤ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਹੋਵੇ। ਹੁਣ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਨੂੰ ਕੋਈ ਬੀਜੇਪੀ ਦਾ ਏਜੰਟ ਕਹੇ, ਕੋਈ ਕਾਂਗਰਸ ਦਾ ਏਜੰਟ ਕਹੇ, ਜਹਿਦਾ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ, ਮਾਸਟਰ ਆਪਣਾ ਜਹਿਦਾ ਮੋਹਨ ਸਿੰਘ ਤੋੜ ਦਾ ਪਰਿਵਾਰ, ਸਾਹ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ, ਜਹਿਦਾ ਗੁਰਚਰਨ ਸਿੰਘ ਟੌੜਾ ਦਾ ਪਰਿਵਾਰ, ਢੀਂਡਸਾ ਸਾਹਿਬ ਦਾ ਪਰਿਵਾਰ, ਸਾਹ ਕੁਲਦੀਪ ਸਿੰਘ ਬਡਾਲਾ ਦਾ ਪਰਿਵਾਰ, ਗੁਲਸ਼ਨ ਸਾਹਿਬ ਦਾ ਪਰਿਵਾਰ, ਇਹ ਪਰਿਵਾਰ ਜਿੱਥੇ ਬੈਠੇ ਹੋਣ ਉਹਨਾਂ ਨੂੰ ਬੀਜੇਪੀ ਅਤੇ ਕਾਂਗਰਸ ਦੇ ਏਜੰਟ ਕਹਿਣ, ਪਰ ਉਹ ਲੋਕ ਜਿਨ੍ਹਾਂ ਦਾ ਅਕਾਲੀ ਦਲ ਲਈ ਕਿਤੇ 5 ਮਿੰਟ ਵੀ ਕੋਈ ਕੰਟਰੀਬਿਊਸ਼ਨ ਨਾ ਹੋਈ ਹੋਵੇ, ਔਰ ਉਸ ਦਿਨ ਕਹਿਣ 25 ਜੂਨ ਦਾ ਦਿਨ ਹੋਵੇ ਜਦੋਂ ਕਾਂਗਰਸ ਦੇ ਕਾਲੇ ਕਾਰਨਾਮੇ ਦੀ ਯਾਦ ਉਹਨਾਂ ਲੋਕਾਂ ਨੂੰ ਆਉਂਦੀ ਆ ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਦਰਦ ਹੰਢਾਇਆ, ਜਿਨ੍ਹਾਂ ਨੇ ਪੀੜਾ ਹੰਢਾਈ,
ਮੇਰੇ ਵਰਗੇ ਲੋਕ ਜਿਹੜੇ ਸਭ ਤੋਂ ਸਖ਼ਤ ਕਾਨੂੰਨ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਿੱਚ ਸਭ ਤੋਂ ਵੱਧ ਐਮਰਜੈਂਸੀ ਜੇਲ੍ਹ 'ਚ ਰਹੇ ਹੋਣ, 25 ਜੂਨ ਨੂੰ ਉਹਨਾਂ ਨੂੰ ਕਾਂਗਰਸ ਅਤੇ ਬੀਜੇਪੀ ਦੇ ਜੱਟ ਦੱਸਣ, ਔਰ ਇਸ ਕਰਕੇ ਦੱਸਣ ਕੀ ਗੁਨਾਹ ਸੀ? ਅਸੀਂ ਕਹਿੰਦੇ ਸੀ, ਸਾਡੇ ਜਿੰਨੇ ਸੱਜਣ ਉੱਥੇ ਬੈਠੇ ਸੀ ਇਹ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਮੁੜ ਕੇ ਬੁਲੰਦੀਆਂ 'ਚ ਕਿਵੇਂ ਲਿਜਾਇਆ ਜਾਵੇ, ਅਕਾਲੀ ਦਲ ਨੂੰ ਮਜ਼ਬੂਤ ਕਿਵੇਂ ਜਕਰਿਆ ਜਾਵੇ, ਅਕਾਲੀ ਦਲ ਦੀ ਲੋਕਾਂ ਵਿੱਚ ਪ੍ਰਮਾਣਤਾ ਕਿਵੇਂ ਲਿਆਂਦੀ ਜਾਵੇ, ਇਹ ਸਿਹਰਦ ਹੋ ਕੇ ਯਤਨ ਕਰ ਰਹੇ ਸੀ ਔਰ ਸਲਾਹ ਦੇ ਰਹੇ ਸੀ ਸਾਹ ਸੁਖਬੀਰ ਸਿੰਘ ਬਾਦਲ ਹੋਣਾਂ ਨੂੰ ਕਿ ਉਹ ਮਤਲਬ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣ। ਤੇ ਇਹਦੇ 'ਚ ਮਾੜੀ ਗੱਲ ਕੀ ਆ, ਇਹਦੇ 'ਚ ਮਤਲਬ ਪਾਰਟੀ ਵਿਰੋਧੀ ਗੱਲ ਕੀ ਆ ਕਿ ਇਹ ਲੋਕ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ? ਢੀਂਡਸਾ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਪਰਮਿੰਦਰ ਢੀਂਡਸਾ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਸੁਖਬੀਰ ਬਾਦਲ ਦਾ ਅਸਤੀਫਾ ਦੇਣ। ਮੈਂ ਕਿਹਾ ਅਗਲਾ ਪ੍ਰਧਾਨ ਕੌਣ ਹੋਏਗਾ? ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬਾਰੇ ਵੀ ਚਰਚਾ ਹੋਈ, ਮਨਪ੍ਰੀਤ ਸਿੰਘ ਅਯਾਲੀ ਬਾਰੇ ਵੀ ਚਰਚਾ ਹੋਈ, ਕੁਛ ਹੋਰ ਨਾਮ ਵੀ ਦੱਸ ਰਹੇ ਸੀ, ਬਰਨਾਲਾ ਪਰਿਵਾਰ ਬਾਰੇ ਵੀ ਚਰਚਾ ਹੋਈ। ਕੀ ਇਸ ਪੂਰੇ ਗਰੁੱਪ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬਾਰੇ ਵੀ ਚਰਚਾ ਹੋਈ? ਤੁਸੀਂ ਵੀ ਪ੍ਰਧਾਨਗੀ ਦੀ ਰੇਸ ਦੇ ਵਿੱਚ ਹੋ। ਮੈਂ ਤਾਂ ਬੜਾ ਸਪਸ਼ਟ ਹਾਂ ਔਰ ਪਹਿਲੇ ਦਿਨ ਕਹਿਤਾ ਸੀ ਮੈਂ ਕੋਈ ਪ੍ਰਧਾਨਗੀ ਦਾ ਦਾਅਵੇਦਾਰ ਨਹੀਂ, ਨਾ ਪਹਿਲਾਂ ਸੀ ਨਾ ਹੁਣ। ਤੁਹਾਨੂੰ ਕੀ ਲੱਗਦਾ ਪ੍ਰਧਾਨ ਕੌਣ ਹੋਣਾ ਚਾਹੀਦਾ? ਇਸ ਸਮੇਂ ਦੇਖੋ, ਅਸੀਂ ਕੱਲ ਇੱਕ ਮਤਾ ਪਾਇਆ ਬਕਾਇਦਾ ਕਿ ਅੱਜ ਦੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਦੀ ਸ਼ਖਸੀਅਤ ਦੀ ਅਗਵਾਈ ਦੀ ਲੋੜ ਆ ਜਿਹੜੀ ਧਰਮ ਤੇ ਰਾਜਨੀਤੀ ਦੇ ਸੁਮੇਲ ਨੂੰ ਲੈ ਕੇ ਚੱਲ ਸਕੇ, ਜਿਹਦੀ ਧਾਰਮਿਕ ਦਿੱਖ ਵੀ ਹੋਵੇ ਤੇ ਰਾਜਨੀਤਿਕ ਦਿੱਖ ਵੀ ਹੋਵੇ। ਅਜਿਹੇ ਜੇ ਮੈਂ ਪੰਜ ਚਿਹਰੇ ਕਵਾਂ, ਆ ਪੰਜ ਚਿਹਰਿਆਂ ਚੋਂ ਕਿਸੇ ਇੱਕ ਨੂੰ ਚੁਣਨਾ ਹੋਵੇ, ਚਿਹਰਿਆਂ ਚੋਂ ਤਲਾਸ਼ ਕਰਨ ਦੀ ਅਸੀਂ ਲੱਗੇ ਆ। ਪੰਜ ਕੋਈ ਤੁਸੀਂ ਕਿਤੇ ਹੋਣਗੇ ਕਿ ਆਹ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਹੋਇਆ ਜਾਂ ਮਨਪ੍ਰੀਤ ਅਯਾਲੀ ਹੋਰਾਂ ਦਾ ਜ਼ਿਕਰ ਹੋਇਆ, ਕੋਈ 4-5 ਨਾਮ ਵੀ ਤੇ ਤੈਅ ਕਿਤੇ ਹੋਣਗੇ? ਤੁਸੀਂ ਸੋਚ ਰਹੇ ਹੋ ਬਹੁਤ ਸਾਰੇ। ਇਹ ਪਰਮਿੰਦਰ ਢੀਂਡਸਾ ਹੋਰਾਂ ਨੇ, ਪਰਮਿੰਦਰ ਢੀਂਡਸੇ ਹੋਰਾਂ ਨੇ ਵੀ ਆਪਣੇ ਜਿਹੜੀ ਸੋਚੀ ਆ, ਤੁਸੀਂ ਵੀ ਕੁਛ ਸੋਚ ਸਕਦੇ ਆ, ਕੋਈ ਹੋਰ ਵੀ ਸੋਚਾਂਗੇ। ਪਹਿਲੀ ਗੱਲ ਤਾਂ ਅਸੀਂ ਅਰਦਾਸ ਕਰਕੇ ਕੋਈ ਵਿਦਵਾਨਾਂ ਕੋਲ, ਕੋਈ ਧਾਰਮਿਕ ਸ਼ਖਸੀਅਤਾਂ ਕੋਲ, ਕੋਈ ਪਾਰਟੀ ਦੇ ਹਿਤੈਸ਼ੀ ਲੋਕਾਂ ਕੋਲ, ਕੋਈ ਜਿਹੜੇ ਐਸੇ ਲੋਕ ਜਿਹੜੇ ਪਾਰਟੀ ਤੇ ਪੰਜਾਬ ਦਾ ਭਲਾ ਚਾਹੁੰਦੇ ਨੇ, ਉਹਨਾਂ ਲੋਕਾਂ ਕੋਲ ਜਾ ਕੇ ਬੈਠ ਕੇ ਚਰਚਾ ਕਰਕੇ ਉਹਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਕੋਈ ਕੰਸੈਂਸਸ ਨਾਲ ਕੋਈ ਸਰਵ ਪ੍ਰਮਾਣਿਤ ਸ਼ਖਸੀਅਤ ਜਿਹੜੀ ਆ, ਇਹ ਜ਼ਰੂਰ ਸਾਡਾ ਯਤਨ ਹੋਏਗਾ ਕਿ ਉਸ ਸ਼ਖਸੀਅਤ ਦੀ ਦਿੱਖ ਧਾਰਮਿਕ ਵੀ ਹੋਵੇ ਅਤੇ ਰਾਜਨੀਤਿਕ ਵੀ ਮਤਲਬ ਉਹਦਾ ਕੰਟੈਂਟ ਹੋਵੇ, ਤਾਂ ਕਿ ਇੱਕ ਨਿਰਪੱਖ ਬੇਦਾਗ ਸ਼ਖਸੀਅਤ ਜਿਹੜੀ ਆ ਉਹ ਅਸੀਂ ਸਾਹਮਣੇ ਲਿਆ ਸਕੀਏ। ਜੇਕਰ ਸੁਖਬੀਰ ਬਾਦਲ ਉੱਥੇ ਬੈਠੇ ਸੀ, ਸਾਰਿਆਂ ਨੇ ਫੈਸਲਾ ਕੀਤਾ ਕਿ ਸਾਡੇ ਚੋਂ ਕੋਈ ਪ੍ਰਧਾਨਗੀ ਦਾ ਦਾਅਵੇਦਾਰ ਨਹੀਂ ਹੋਏਗਾ, ਕਿਉਂਕਿ ਨਹੀਂ ਤਾਂ ਇਹ ਚੱਲਦੇ ਆ ਕਈ ਵਾਰੀ ਅਗਲਾ ਕਹਿੰਦਾ ਖਾਨੀ ਆਪਣੀ ਪ੍ਰਧਾਨਗੀ ਵਾਸਤੇ ਇਹ ਸਾਰਾ ਕੁਛ ਕਰ ਰਹੇ ਹਾਂ। ਅਸੀਂ ਇਹੀ ਗੱਲ ਜੇ ਅਸੀਂ ਸਾਹ ਸੁਖਬੀਰ ਸਿੰਘ ਬਾਦਲ ਹੋਣਾ ਤੇ ਆਸ ਕਰਦੇ ਆ ਕਿ ਉਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ, ਤਾਂ ਸਾਨੂੰ ਵੀ ਫਿਰ ਉਸ ਰਾਹ ਤੇ ਚੱਲਣਾ ਪਏਗਾ। ਕੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਹਟਾਉਣ ਤੋਂ ਬਿਨਾਂ ਪਾਰਟੀ ਉੱਪਰ ਨਹੀਂ ਉੱਠ ਸਕਦੀ, ਇਹ ਕਲੀਅਰ? ਦੇਖੋ, ਇਹ ਤਾਂ ਜੋ ਵਾਰ ਵਾਰ ਸਾਹਮਣੇ ਫਤਵੇ ਆ ਰਹੇ ਨੇ ਲੋਕਾਂ ਦੇ, ਉਹਨਾਂ ਦੀ ਜਿਹੜੀ ਫੀਡਬੈਕ ਆ ਰਹੀ ਆ ਉਹ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਆ, ਝੁੰਦਾ ਕਮੇਟੀ ਦੇ ਵਿੱਚ ਸਪਸ਼ਟ ਤੌਰ ਤੇ ਇਹੀ ਰਾਏ ਦਿੱਤੀ ਗਈ ਸੀ। ਤੇ ਉਹ ਤੋਂ ਬਾਅਦ ਰਾਏ ਦਿੱਤੀ ਝੁੰਦਾ ਕਮੇਟੀ ਚ ਕੀ ਸਿਫਾਰਿਸ਼ ਸੀ? ਵੀ ਲੀਡਰਸ਼ਿਪ ਬਦਲੋ, ਪ੍ਰਧਾਨ ਬਦਲੋ, ਕਟ ਸੀ ਉਹ ਤਾਂ ਕਲੀਅਰ ਕੱਟ ਸੀ। ਤੇ ਝੁੰਦਾ ਹੋਰੀ ਦਾ ਅੱਜ ਉਹਨਾਂ ਦੇ ਨਾਲ ਨੇ, ਉਹ ਤਾਂ ਝੁੰਦਾ ਹੋਰੀ ਨਾਲ ਰਹਿਣ, ਉਹਨਾਂ ਦੀ ਰਿਪੋਰਟ ਨਹੀਂ, ਉਹਨਾਂ ਆਪ ਨਾਲ ਵੀ ਗੱਲ ਆ, ਉਹ ਵੱਖਰੀ ਗੱਲ ਆ। ਪਰ ਮੇਰਾ ਮਤਲਬ ਵੀ ਜਿਹੜੀ ਲੋਕਾਂ ਦੀ ਭਾਵਨਾ ਉਹ ਤਾਂ ਉਹਨਾਂ ਨੇ ਪ੍ਰਜੈਂਟ ਕੀਤੀ, ਉਹਦੇ ਤੇ ਆਪ ਲਾਗੂ ਕਰਨ ਜਾਂ ਨਾ ਕਰਨ ਉਹਨਾਂ ਦੀ ਆਪਣੀ ਮਰਜ਼ੀ ਆ। ਪਰ ਮੇਰਾ ਮਤਲਬ ਇਹ ਆ ਵੀ ਇਹ ਨਾ ਲਾਗੂ ਕਰਨ ਕਰਕੇ ਦੁਬਾਰਾ ਫਿਰ ਲੋਕਾਂ ਨੇ ਫਤਵਾ ਦੇ ਤਾ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਬੀਜੇਪੀ ਨਾਲ ਜਾਣਾ ਚਾਹੁੰਦੇ ਸੀ ਇਲੈਕਸ਼ਨ ਤੋਂ ਪਹਿਲਾਂ, ਤੁਸੀਂ ਚਾਹੁੰਦੇ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਨਾਲ ਜਾਇਆ ਜਾਵੇ, ਤੁਸੀਂ ਬਹੁਤ ਜ਼ੋਰ ਲਗਾਇਆ, ਤੁਸੀਂ ਇਹ ਕਿਹਾ ਕਿ 5-4 ਸੀਟਾਂ ਤੇ ਗੱਲ ਜਿੱਥੇ ਬੰਦੀ ਬਣਾਓ,
ਉਹਨਾਂ ਨੇ ਕਿਹਾ ਕਿ ਅਸੀਂ ਸਿਧਾਂਤਾਂ ਨਾਲ ਖੜਾਂਗੇ, ਅਸੀਂ ਬੀਜੇਪੀ ਨਾਲ ਨਹੀਂ ਖੜਾਂਗੇ। ਹੁਣ ਪਰਦਾ ਪਾਉਣ ਵਾਲੀ ਗੱਲ ਆ, ਮੈਂ ਗੱਲਾਂ ਦੱਸਣੀ ਨਹੀਂ ਚਾਹੁੰਦਾ। ਦੱਸ ਦੋ ਨਹੀਂ ਦੱਸ, ਜਿੱਥੇ ਪ੍ਰਧਾਨਗੀ ਲਾਉਣ ਦੀ ਗੱਲ, ਹੁਣ ਗੱਲ ਰਹਿ ਕਿਹੜੀ ਨਹੀਂ, ਹੁਣ ਤਾਂ ਪਾਰਟੀ ਵਿਚ ਜਿਹੜੀਆਂ ਗੱਲਾਂ ਹੋਈਆਂ ਉਹ ਤੁਸੀਂ ਮੀਡੀਆ ਚ ਕਹੋ ਤਾਂ ਅਨੈਥੀਕਲ ਲੱਗਦੀ ਆ, ਪਰ ਇਹ ਜੱਗ ਜਹਰਾ ਹੁਣ ਤਾਂ ਝੱਗਾ ਚੁੱਕਿਆ ਗਿਆ ਨਾ, ਹੁਣ ਤਾਂ ਝੱਗਾ ਚੁੱਕਿਆ ਗਿਆ ਤਾਂ ਸੀਟਾਂ ਦਾ ਹੀ ਸੀ। ਜੇ ਸੀਟਾਂ ਜਿਹੜੀਆਂ ਉਹ ਮੰਗਦੇ ਸੀ, ਜਿਹੜੀਆਂ ਇਹ ਮੰਗ ਦਿੰਦੇ ਸੀ, ਜੇ ਉਹਨਾਂ ਤੋਂ ਹੋ ਜਾਂਦਾ ਫਿਰ ਸਾਰਾ ਕੁਛ ਠੀਕ ਸੀ, ਉਹ ਨਾ ਹੋਈਆਂ ਫਿਰ ਸਾਰਾ ਕੁਛ ਗਲਤ। ਸੀਟਾਂ ਨੀ, ਅਸੀਂ ਕਿਹਾ ਕਿ ਅਸੀਂ ਸਿਧਾਂਤਾਂ ਨਾਲ ਆ, ਸਾਡੀਆਂ ਮੰਗਾਂ ਜਿਹੜੀਆਂ ਨੇ ਜੋ ਉਹਨਾਂ ਨੇ ਕਿਹਾ। ਤੁਸੀਂ ਵੀ ਦੱਸ ਦੋ, ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਵੀ ਸੀਟਾਂ ਦੇ ਰੌਲਾ ਸੀ, ਬਾਅਦ ਤਾਂ ਪੜਦਾ ਪਾਉਣ ਵਾਲੀ ਗੱਲ ਆ। ਬੰਦੀ ਸਿੰਘਾਂ ਦਾ ਮਸਲਾ ਸੀ, ਅਸੀਂ ਕਿਸਾਨੀ ਦਾ ਮਸਲਾ ਸੀ, ਅਸੀਂ ਇਸ ਕਰਕੇ ਅਸੀਂ ਕਿਸਾਨਾਂ ਨਾਲ ਖੜੇ ਆ, ਬੰਦੀ ਸਿੰਘਾਂ ਨਾਲ ਖੜੇ, ਇਸ ਕਰਕੇ ਬੀਜੇਪੀ ਨਾਲ ਨਹੀਂ। ਜਿਹੜੀਆਂ ਸੀਟਾਂ ਦੇਣੀਆਂ ਚਾਹੁੰਦੇ ਸੀ ਫਿਰ ਬੰਦੀ ਸਿੰਘ ਵੀ ਰਿਹਾ ਹੋ ਗਏ, ਫਿਰ ਸਾਰਾ ਕੁਛ ਰੁਕ ਗਿਆ ਸੀ। ਜੇ ਸੀਟਾਂ ਨਾ ਮਿਲੀਆਂ ਤੇ ਫਿਰ ਸਾਰਾ ਕੁਛ ਰੁਕ ਗਿਆ। ਸਿਰਫ ਸੀਟਾਂ ਦਾ ਇਸ਼ੂ ਸੀ, ਬੰਦੀ ਸਿੰਘਾਂ ਜਾਂ ਕਿਸਾਨੀ ਦਾ ਇਸ਼ੂ? ਜਿਨ੍ਹਾਂ ਨੇ ਸੱਤਾ ਬੀਜੇਪੀ ਨਾਲ ਰਲ ਕੇ ਹੰਡਾਈ, ਜਿਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਇਗਨੋਰ ਕਰਕੇ ਪਰਿਵਾਰਾਂ ਨੂੰ ਵਜ਼ੀਰ ਬਣਾਇਆ, ਜਿਨ੍ਹਾਂ ਨੇ ਬੀਜੇਪੀ ਦੇ ਮੇਅਰ ਨੂੰ ਵੋਟਾਂ ਪਾ ਕੇ ਮੇਅਰ ਬਣਾਇਆ, ਤੇ ਉਹ ਗੱਲਾਂ ਕਹਿਣ ਵੀ ਬੀਜੇਪੀ ਦੇ ਦੂਜਿਆਂ ਤੇ ਉਂਗਲਾਂ ਉਠਾਉਣ, ਇਹ ਚੰਗਾ ਹੀ ਨਹੀਂ ਲੱਗਦਾ ਮੈਂ ਸਮਝਦਾ। ਵੈਸੇ ਜਿਨ੍ਹਾਂ ਨੇ ਮਤਲਬ, ਫਿਰ ਗੱਲ ਇਹ ਆ ਵੀ ਉੱਥੇ ਜਲੰਧਰ ਬੈਠ ਕੇ ਜਿਹੜੀ ਰਾਏ ਦਿੱਤੀ ਗਈ ਆ, ਮਤਾ ਜਿਹੜਾ ਪਾਇਆ ਗਿਆ ਉਹ ਪਾਰਟੀ ਦੇ ਬਚਾਅ ਵਿੱਚ ਪਾਇਆ ਗਿਆ, ਪਾਰਟੀ ਦੀ ਮਜ਼ਬੂਤੀ ਲਈ ਪਾਇਆ ਗਿਆ। ਲੇਕਿਨ ਉਹਨਾਂ ਵੱਲੋਂ ਇਹ ਆ ਰਿਹਾ ਕਿ ਓਪਰੇਸ਼ਨ ਲੋਟਸ ਪੰਜਾਬ ਚ ਚੱਲ ਰਿਹਾ, ਜਿਹੜਾ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ, ਓਪਰੇਸ਼ਨ ਲੋਟਸ ਪੰਜਾਬ ਚ ਬੀਜੇਪੀ ਚਲਾ ਰਹੀ ਹੈ। ਜਿਹੜੇ ਓਪਰੇਸ਼ਨ ਲੋਟਸ ਦੀਆਂ ਗੱਲਾਂ ਕਰਦੇ ਆ, ਇਹਨਾਂ ਨੇ ਅੰਮ੍ਰਿਤਪਾਲ ਨੂੰ ਵੀ RSS ਦੇ ਏਜੰਟ ਦੱਸਦੇ ਰਹੇ, ਜਿਹੜਾ ਵਿਚਾਰਾ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਚ ਬੈਠਾ, ਤੇ ਇਹ ਤਾਂ ਜਹਿਦਾ ਗੁਰਦਾਸ ਸਿੰਘ ਟੌੜਾ ਨੂੰ ਕਾਂਗਰਸ ਦੇ ਏਜੰਟ ਦੱਸਦੇ ਰਹੇ। ਮਤਲਬ ਜਦੋਂ ਬੰਦਾ ਫਿਰ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ, ਜਦੋਂ ਦੁਬਾਰਾ ਸਮਝੌਤਾ ਹੋ ਗਿਆ ਵੀ ਤੁਸੀਂ ਤਾਂ ਉਹਨਾਂ ਨੂੰ ਕਾਂਗਰਸ ਦੇ ਏਜੰਟ ਦਾ, ਉਹ ਕਹਿੰਦਾ ਜੀ ਅੱਜ ਤਾਂ ਕਹਿਣਾ ਹੀ ਪੈਂਦਾ ਹੁੰਦਾ। ਤੇ ਮਤਲਬ ਇਸ ਕਿਸਮ ਦੀਆਂ ਗੱਲਾਂ ਬੇਬੁਨਿਆਦ ਗੱਲਾਂ ਕਰਨੀਆਂ ਔਰ ਉਹਨਾਂ ਲੋਕਾਂ ਵੱਲੋਂ ਕਰਨੀਆਂ ਜਿਨ੍ਹਾਂ ਨੇ ਆਪ ਸਾਂਝ ਪਾ ਕੇ ਫਾਇਦੇ ਲਏ ਹੋਣ, ਨਜ਼ਾਰੇ ਲਏ ਹੋਣ, ਉਹ ਤਾਂ ਵੈਸੇ ਨਹੀਂ ਸ਼ੋਭਾ ਦਿੰਦਾ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਰਾਏ ਦੇਣਾ, ਪਾਰਟੀ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਦੀ ਰਾਏ ਦੇਣਾ, ਇਹਦੇ 'ਚ ਕਿਹੜੀ ਗਲਤ ਗੱਲ ਆ, ਇਹਦੇ 'ਚ ਕਿਹੜੀ ਮਾੜੀ ਗੱਲ ਆ? ਬੀਜੇਪੀ ਕਿੱਥੇ ਹੈ? ਕਿਉਂਕਿ ਇੱਥੇ ਜਲਦੀ ਕਹਿੰਦੇ ਤੇਰੇ 'ਚ ਤੇਰਾ ਯਾਰ ਬੋਲਦਾ, ਪਿੱਛੇ ਬੀਜੇਪੀ ਬੋਲ ਰਹੀ ਹੈ, ਇਹ ਤੁਹਾਡੇ ਸਾਰਿਆਂ ਦੇ ਉੱਤੇ ਇਲਜ਼ਾਮ ਜਿਹੜੇ ਲੱਗ ਰਹੇ। ਹੁਣ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਸਾਂਝਾਂ ਪਾਈਆਂ, ਅਸੀਂ ਤਾਂ ਬੀਜੇਪੀ ਦੇ ਵਿੱਚ ਰਹਿ ਕੇ ਬੀਜੇਪੀ ਦੇ ਵਿਰੁੱਧ ਆਡਾ ਵੀ ਲੈ ਕੇ ਦਿਖਾਇਆ। ਤੁਸੀਂ ਤਾਂ ਦਿੱਲੀ ਸੀ, ਤੁਸੀਂ ਤਾਂ ਗਵਾਹ, ਜਾਂ ਲੈਣ ਦੇ ਕੋਈ ਸਨੈਕਟ ਆਇਆ ਸੀ ਰੂਲਿੰਗ ਪਾਰਟੀ ਵਿੱਚ ਹੋ ਕੇ, ਮਤਲਬ ਰੂਲਿੰਗ ਪਾਰਟੀ ਦੇ ਲਿਆਂਦੇ ਬਿੱਲ ਦੇ ਵਿਰੁੱਧ ਅਮੈਂਡਮੈਂਟ ਪਾ ਕੇ ਮੈਂ ਇਤਿਹਾਸ ਰਚਿਆ ਰਜਿਆ ਕਿ ਨਹੀਂ? 10 ਅਮੈਂਡਮੈਂਟਾਂ ਮੈਂ ਲੈਂਡ ਐਕੁਜੀਸ਼ਨ ਐਕਟ ਦੇ ਵਿਰੋਧ ਦੇ ਵਿੱਚ ਲੈ ਕੇ ਆਇਆ। ਹਾਲਾਂਕਿ ਬਾਦਲ ਸਾਹਿਬ ਦਾ ਮੈਨੂੰ ਟੈਲੀਫੋਨ ਆਇਆ, ਸੁਖਬੀਰ ਜੀ ਦਾ ਟੈਲੀਫੋਨ ਆਇਆ, ਪਰ ਮੈਂ ਕਿਹਾ ਵੀ ਮੈਂ ਹੁਣ ਪਾਸ ਦੀ ਅਮੈਂਡਮੈਂਟ ਮੈਂ ਪਿੱਛੇ ਨਹੀਂ ਹਟਣਾ, ਆਖਿਰ ਸਰਕਾਰ ਨੂੰ ਬਿੱਲ ਵਾਪਸ ਲੈਣਾ ਪਿਆ ਸੀ। ਸੋ ਇਸ ਕਰਕੇ ਅਸੀਂ ਤਾਂ ਜਦੋਂ ਕਿਤੇ ਪੰਗਾ ਪੈ ਗਿਆ ਤਾਂ ਫਿਰ ਰੂਲਿੰਗ ਆਪਣਾ ਜੇ ਰੂਲਿੰਗ ਦੇ ਵਿੱਚ ਆ ਤਾਂ ਵੀ ਕਦੇ ਪਿੱਛੇ ਨਹੀਂ ਹਟੇ, ਤੇ ਹੁਣ ਤਾਂ ਹਟਣ ਦਾ ਸਵਾਲ ਹੀ ਪੈਦਾ ਨਹੀਂ। ਹੁਣ ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਵੀ ਜੇ ਅਸੀਂ ਰਾਏ ਦਿੰਦੇ ਹਾਂ ਵੀ ਪਾਰਟੀ ਨੂੰ ਮਜ਼ਬੂਤ ਕਰਨਾ, ਪਾਰਟੀ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ, ਮਤਲਬ ਸਾਡੀ ਰਾਏ ਹੋ ਸਕਦੀ ਆ, ਜੇ ਰਾਏ ਨਹੀਂ ਚੰਗੀ ਲੱਗਦੀ ਤਾਂ ਅਲੱਗ ਗੱਲ ਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਟੇਟਮੈਂਟ ਸੁਣੀ ਹੋਣੀ ਹੈ, ਕਹਿੰਦੇ ਕਿ ਦਰਬਾਰ ਸਾਹਿਬ ਵਾਲੇ ਪਾਸੇ ਹਰਿਮੰਦਰ ਸਾਹਿਬ ਵਾਲੇ ਪਾਸੇ ਪਿੱਠ ਲਾਈ ਹੋਈ ਹੈ ਲੀਡਰਾਂ ਨੇ ਔਰ ਦਿੱਲੀ ਨਾਲ ਯਾਰੀ ਪਾਈ ਹੋਈ ਹੈ, ਨਾ ਉਹਨਾਂ ਨੇ ਕਿਸੇ ਧੜੇ ਦਾ ਨਹੀਂ ਲਿਆ, ਲੇਕਿਨ ਕਹਿੰਦੇ ਕਿ ਇਸ ਚੀਜ਼ ਨਾਲ ਨਹੀਂ ਹੁੰਦਾ, ਇਹ ਗਲਤ ਹੈ। ਦੇਖੋ ਜਥੇਦਾਰ ਸਾਹਿਬ ਦੀ ਕੀ ਸਟੇਟਮੈਂਟ ਆ ਮੈਨੂੰ ਨਹੀਂ ਪਤਾ, ਉਹਨਾਂ ਨੇ ਚੰਗੀ ਗੱਲ ਆ ਜੇ ਜਿਹੜੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ
ਕੋਈ ਸਿੱਖ ਨਹੀਂ ਕਰ ਸਕਦਾ। ਜਿਹੜਾ ਸਵੇਰ ਦਾ ਸਿੱਖ ਆ ਉਹ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾ ਹਰ ਸਿੱਖ ਸਨਮੁਖ ਆ ਔਰ ਉਹਦਾ ਸਤਿਕਾਰ ਕਰਦਾ, ਤਾਂ ਜਹੇਦਾਰ ਜੀ ਨੂੰ ਪਤਾ ਹੋਣਾ ਕਿਹੜਾ ਪਿੱਠ ਕਰਦਾ। ਦੂਸਰਾ ਵੀ ਕਹਿੰਦੇ ਇਸ ਪੂਰੇ ਚੀਜ਼ ਦੇ ਵਿੱਚ, ਪੂਰੇ ਗਰੁੱਪ ਦੇ ਵਿੱਚ ਮਾਸਟਰ ਮਾਈਂਡ ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਹੇਠ ਹੀ ਇਹ ਸਾਰਾ ਗਰੁੱਪ, ਇਹ ਸਾਰਾ ਧੜਾ ਚੱਲ ਰਿਹਾ। ਜਿਹੜਾ ਕੌਣ ਮਾਸਟਰ ਮਾਈਂਡ ਆ, ਕੌਣ ਕਿਹਦੀ ਅਗਵਾਈ ਕਰਦਾ, ਇਹ ਤਾਂ ਕਲੈਕਟਿਵ ਲੀਡਰਸ਼ਿਪ ਆ, ਕੰਸੈਂਸਸ ਨਾਲ ਫੈਸਲੇ ਹੁੰਦੇ ਆ। ਅਸੀਂ ਤਾਂ ਕਲੈਕਟਿਵ ਲੀਡਰਸ਼ਿਪ ਦੇ ਕੰਸੈਂਸਸ ਨਾਲ ਫੈਸਲਿਆਂ ਦੇ ਹਮੇਸ਼ਾ ਹਾਮੀ ਰਹੇ ਹਾਂ, ਕਦੇ ਵਨ ਮੈਨ ਸ਼ੋਅ ਦੇ ਹਾਮੀ ਨਹੀਂ ਰਹੇ। ਅੱਛਾ, ਹੁਣ ਹੋਏਗਾ ਕਿ ਅਕਾਲੀ ਦਲ ਦਾ ਕਿਤੇ ਹਰਿਆਣੇ ਵਾਲੀ ਪੋਜੀਸ਼ਨ ਤੇ ਨਹੀਂ ਹੋਏਗੀ, ਨਾ ਲੋ JJP ਜਾਂ ਮਹਾਰਾਸ਼ਟਰ ਵਾਲੀ ਸਿਚੁਏਸ਼ਨ ਤੇ ਨਹੀਂ ਹੋਏਗੀ, ਜਿਵੇਂ ਸ਼ਿਵ ਸੈਨਾ ਤੋਂ ਸ਼ਿੰਦੇ ਨਿਕਲ ਕੇ ਆਪਣਾ ਇੱਕ ਸਿੰਬਲ, ਆਪਣੀ ਗੱਲ ਦਾ ਜ਼ਿਕਰ ਹੋਣ ਲੱਗ ਪਿਆ, ਸਿੰਬਲ ਦੀ ਲੜਾਈ ਹੋਣ ਲੱਗ ਪਈ, ਤੁਹਾਡੇ ਵਾਲੇ ਪਾਸੇ ਵੀ ਅਜਿਹਾ ਤਾਂ ਨਹੀਂ ਕਿ ਕੱਲ ਨੂੰ ਕਹੋ ਕਿ ਤਕੜੀ ਸਾਡੀ ਹੈ, ਇਹ ਅਕਾਲੀ ਦਲ ਸਾਡੀ ਹੈ, ਇਹ ਤਾਂ ਇਕੱਲੇ ਸੁਖਬੀਰ ਬਾਦਲ ਰਹਿ ਗਏ ਜਾਂ ਉਹਨਾਂ ਦੇ ਨਾਲ ਕੁਛ ਸਾਥੀ ਰਹਿ ਗਏ, ਅਸੀਂ ਅਸਲ ਇਸ ਪੂਰੇ ਜਿਹੜੀ ਅਕਾਲੀ ਦਲ ਹੈ ਉਸ ਦੇ ਅਸੀਂ ਹਾਂ। ਦੇਖੋ, ਜਦੋਂ ਕੋਈ ਅਸੂਲਾਂ ਦੀ ਲੜਾਈ ਹੁੰਦੀ ਹੈ, ਸਿਧਾਂਤ ਦੀ ਲੜਾਈ ਹੁੰਦੀ ਹੈ, ਉਹਦੇ 'ਚ ਸੰਘਰਸ਼ ਚੱਲਦਾ, ਸਮਾਂ ਲੱਗਦਾ। ਅਤੇ ਪਹਿਲੀ ਗੱਲ, ਨਾ ਤੱਕੜੀ ਕਿਸੇ ਵਿਅਕਤੀ ਦੀ ਆ, ਨਾ ਤੱਕੜੀ ਕਿਸੇ ਦੀ ਆਪਣੀ ਵਿਅਕਤੀ ਦੀ ਜਾਇਦਾਦ ਆ, ਤੱਕੜੀ ਜਿਹੜਾ ਚੋਣ ਨਿਸ਼ਾਨ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਧਾਂਤਕ ਲੜਾਈ ਆ, ਉਹ ਮਤਲਬ ਜਿਹਦੇ ਹੱਥ 'ਚ ਹੋਏਗੀ ਉਹਨੂੰ ਤੱਕੜੀ ਮਿਲ ਜੂਗੀ, ਉਹਨੂੰ ਦਫ਼ਤਰ ਮਿਲ ਜੂਗਾ। ਇਹ ਤਾਂ ਆਉਣ ਵਾਲੇ ਹੱਕ 'ਚ ਹੈ, ਥੋੜਾ ਜਿਹਾ ਤੁਸੀਂ ਕਲੀਅਰ ਕਰ ਦਿਓ ਇਹ ਕਿਵੇਂ ਹੋ ਸਕਦਾ, ਕਿਉਂਕਿ ਤੁਸੀਂ ਜ਼ਿਆਦਾ ਸਾਫ਼ ਦੱਸ ਸਕਦੇ ਹੋ ਕਿ ਕਿਵੇਂ ਹੁਣ ਪਾਰਟੀ ਦਫ਼ਤਰ ਕੌਣ ਬੈਠੇਗਾ, ਸਿੰਬਲ ਕੌਣ ਹੋਏਗਾ, ਕੀ ਤੁਸੀਂ ਅਕਾਲੀ ਦਲ ਦੇ ਦਫ਼ਤਰ ਜਾ ਕੇ ਬੈਠੋਗੇ, ਉੱਥੇ ਸਿੰਬਲ ਦੀ ਗੱਲ ਕਰੋਗੇ ਤੁਸੀਂ, ਪਾਰਟੀ ਆਫਿਸ ਤੁਹਾਡੀ ਉਸੇ ਤਰੀਕੇ ਦੀ ਭੂਮਿਕਾ ਐਕਟੀਵਿਟੀ ਰਹੇਗੀ? ਸਾਡੀ ਪਹਿਲੀ ਸਟੇਜ ਆ ਇੱਕ ਮੁਹਿੰਮ ਵਿੱਢਣਾ, ਇੱਕ ਲਹਿਰ ਖੜੀ ਕਰਨਾ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ, ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਪੁਰਾਣੀਆਂ ਰਵਾਇਤਾਂ ਤੇ ਲਿਆਉਣ ਦੀ। ਲੇਕਿਨ ਦਫ਼ਤਰ ਕਿੱਥੇ ਹੋਏਗਾ, ਦਫ਼ਤਰ ਕਿੱਥੇ ਹੋਏਗਾ? ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਨੂੰ ਬੁਲੰਦੀਆਂ ਤੇ ਲਿਜਾਣ ਦੀ। ਦਫ਼ਤਰ ਕਿੱਥੇ ਹੋਏਗਾ? ਦਫ਼ਤਰ ਅਸੀਂ ਬਣਾ ਕੇ ਜਦੋਂ ਜਿਹੜਾ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਸਾਡਾ ਹੋਏਗਾ, ਹੋਰ ਕਿਹੜਾ ਹੋਏਗਾ? ਉੱਥੇ ਸਾਰੇ ਤੁਸੀਂ, ਅਸੀਂ ਕੋਈ ਵੱਖਰੀ ਪਾਰਟੀ ਥੋੜਾ ਬਣਾਉਣ ਚੱਲੇ ਹਾਂ, ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਚੱਲੇ ਹਾਂ, ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਚੱਲੇ ਹਾਂ। ਤੁਹਾਡਾ ਦਫ਼ਤਰ ਜਾਣੀ ਤੁਸੀਂ ਕਹਿ ਰਹੇ, ਬੀਬੀ ਜਗੀਰ ਕੌਰ ਵੀ ਉੱਥੇ ਹੀ ਬੈਠਣਗੇ, ਟੋੜਾ ਸਾਹਿਬ ਵੀ, ਉਹਨਾਂ ਦਾ ਪਰਿਵਾਰ ਵੀ ਉੱਥੇ ਹੀ ਬੈਠੇਗਾ, ਚੰਦੂ ਮਾਜਰਾ ਸਾਹਿਬ ਵੀ ਉੱਥੇ ਬੈਠਣਗੇ, ਸਾਰੇ ਉੱਥੇ ਬੈਠ ਕੇ, ਪਰ ਇਹ ਆਹਮੋ ਸਾਹਮਣੇ ਵਾਲੀ ਸਿਚੁਏਸ਼ਨ ਤਾਂ ਨਹੀਂ ਹੋ ਜਾਏਗੀ? ਆਹਮੋ ਸਾਹਮਣੇ ਵਾਲੀ ਕਿਵੇਂ ਹੋਏਗੀ? ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਦੇ ਨੇ, ਉਹ ਸਾਰੇ ਇੱਕ ਥਾਂ ਬਹਿੰਦੇ ਆ, ਪਰਿਵਾਰ ਵਾਂਗੂ ਬਹਿੰਦੇ ਆ, ਅਲੱਗ ਅਲੱਗ ਕਿਵੇਂ ਹੋਈ ਸਿਚੁਏਸ਼ਨ? ਤੁਸੀਂ ਉਹਨਾਂ ਨੂੰ ਪ੍ਰਧਾਨ ਮੰਨਦੇ ਹੋ? ਕਿਹਨੂੰ? ਸੁਖਬੀਰ ਬਾਦਲ ਨੂੰ। ਸ਼੍ਰੋਮਣੀ ਉਹ ਆਪੇ ਨੀ ਮੁੰਡੇ ਨੂੰ ਬਣਾਉਣ ਨੂੰ ਤਿਆਰ, ਅਸੀਂ ਤੁਸੀਂ ਮੰਨਦੇ ਹੋ ਨਹੀਂ ਮੰਨਦੇ? ਤੁਹਾਡੇ ਲਈ ਪ੍ਰਧਾਨ ਹੈ, ਮੈਨੂੰ ਨਾ ਮੰਨੋ, ਉਹ ਆਪ ਹੀ ਨਹੀਂ, ਉਹਨਾਂ ਨੇ ਤਾਂ ਮਤਾ ਪਾਤਾ ਕਿ ਸਾਡੇ ਪ੍ਰਧਾਨ ਤਾਂ ਇਹੀ ਨੇ, ਤੁਸੀਂ ਮੰਨਦੇ ਹੋ ਤੁਹਾਡੇ ਲਈ ਪ੍ਰਧਾਨ ਨੇ? ਸਾਨੂੰ ਤਾਂ ਮਤ ਦਾ ਹਿੱਸਾ ਹੀ ਨਹੀਂ ਬਣਾਇਆ, ਤੇ ਉਹ ਜਦੋਂ ਆਪ ਹੀ ਕਹਿੰਦਾ ਮੈਨੂੰ ਨਾ ਮੰਨੋ, ਫਿਰ ਤਾਂ ਉਹਨਾਂ ਨੇ ਜਦੋਂ ਕਿਹਾ ਕਿ ਮੈਂ ਛੱਡਣ ਲਈ ਤਿਆਰ ਹਾਂ, ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਹਾਂ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਔਰ ਸਾਰਿਆਂ ਨੇ ਕਿਹਾ ਨਹੀਂ ਤੁਸੀਂ ਪ੍ਰਧਾਨ ਰਹੋਗੇ, ਤੁਹਾਡੀ ਪ੍ਰਧਾਨ, ਤੁਸੀਂ ਮੰਨਦੇ ਹੋ ਤੁਹਾਡਾ ਇਹ ਗਰੁੱਪ ਮੰਨਦਾ ਪ੍ਰਧਾਨ? ਨਹੀਂ, ਫਿਰ ਰੌਲਾ ਕਿਹਦਾ ਕੀ ਆ, ਜੇ ਉਹਨੇ ਕਿਹਾ ਸਾਡੇ ਸਾਹਮਣੇ ਤਾਂ ਕਦੇ ਕਿਹਾ ਨਹੀਂ, ਤੇ ਸਵਾਲ ਤਾਂ ਇਸੇ ਗੱਲ ਦਾ ਕਿ ਜਿਹੜੇ ਲੋਕ ਚਾਹੁੰਦੇ ਨੇ, ਪਬਲਿਕ ਚਾਹੁੰਦੀ ਆ, ਉਹ ਪਬਲਿਕ ਦੀਆਂ ਇਛਾਵਾਂ ਜੇ ਪੂਰੀਆਂ ਕਰਤੀਆਂ ਜਾਣ ਤਾਂ ਮੇਰਾ ਖਿਆਲ ਆ ਵੀ ਅਕਾਲੀ ਦਲ ਤਾਂ ਮੁੜ ਕੇ ਫੇਰ ਬੁਲੰਦੀਆਂ ਤੇ ਚਲੇ ਜਾਏਗਾ। ਨਹੀਂ, ਮੇਰਾ ਇਹ ਸੀ ਕਿ ਪ੍ਰਧਾਨ ਮੰਨਦੇ ਹੋ ਜਾਂ ਨਹੀਂ ਮੰਨਦੇ, ਤੁਹਾਡੇ ਲਈ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ ਜਾਂ ਨਹੀਂ?
ਇਹ ਜਦੋਂ ਤੱਕ ਅਸੀਂ ਕਹਿੰਦੇ ਵੀ ਉਹ ਆਪੇ ਸਾਨੂੰ ਕਹਿੰਦਾ ਮੈਨੂੰ ਨਾ ਮੰਨੋ, ਫਿਰ ਅਸੀਂ ਕੀ ਮੰਨਣਾ? ਜਦੋਂ ਇੱਕ ਗਰੁੱਪ ਦੇ ਲੀਡਰ ਬਣ ਕੇ ਬੈਠ ਗਏ ਆਪਣੇ ਆਪ ਹੀ, ਦੂਜੇ ਨੂੰ ਕਹਿੰਦੇ ਵੀ ਉਹ ਹੈ ਹੀ ਨੀ, ਫਿਰ ਮੇਰਾ ਮਤਲਬ ਵੀ ਫਿਰ ਆਪਣੇ ਆਪ ਹੀ ਉਹਨੇ ਤਾਂ ਆਪਣੇ ਆਪ ਨੂੰ ਅਲੱਗ ਕਰ ਲਿਆ। ਸੈਕਟਰ ਸਾਡੀ ਤਾਂ ਹੁਣ ਵੀ ਕੋਸ਼ਿਸ਼ ਆ, ਮੈਂ ਤਾਂ ਹੁਣ ਵੀ ਤੁਹਾਡੇ ਰਾਹੀਂ ਵੀ ਅਪੀਲ ਕੀਤੀ ਆ ਵੀ ਸਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪਾਰਟੀ ਜੋੜਨ ਦਾ ਕੰਮ ਕਰਨਾ ਚਾਹੀਦਾ, ਤੋੜਨ ਦਾ ਕੰਮ ਨੀ ਕਰਨਾ ਚਾਹੀਦਾ। ਕਦੋਂ ਬੈਠੋਗੇ? ਟੈਕਟ ਕਰਨ ਦੀ ਗੱਲ ਆ, ਪਾਰਟੀ ਨੂੰ ਖਿਡਾਉਣ ਦੀ ਲੋੜ ਨੀ। ਕੱਲ ਪਰਸੋਂ 28 ਦੇ ਦਫ਼ਤਰ ਬੈਠੋਗੇ, ਮੁੱਖ ਦਫ਼ਤਰ ਬੈਠੋਗੇ, ਜਾਓਗੇ? ਇਹ ਤਾਂ ਮੇਰਾ ਖਿਆਲ ਆ ਵੀ ਮੈਂ ਤਾਂ ਜਿੰਨੇ ਕਦੇ ਵੀ ਜਦੋਂ ਕਿਤੇ ਖਾਸ ਮੀਟਿੰਗ ਹੋਵੇ ਉਹ ਤੋਂ ਬਿਨਾਂ ਤੁਸੀਂ ਵੀ ਦੇਖਦੇ ਰਹਿੰਦੇ ਹੋ, ਮੈਂ ਕਦੇ ਪਾਰਟੀ ਦਫ਼ਤਰ ਚ ਬਹੁਤਾ ਜਾਂਦਾ ਹੀ ਨਹੀਂ। ਠੀਕ ਹੈ, ਤਾਂ ਇਸ ਵੇਲੇ ਕੀ ਪੋਜੀਸ਼ਨ ਹੈ? ਇਹ ਕੱਲੀ ਕੱਲੀ ਤਸਵੀਰ ਜਿਹੜੀ ਹੈ ਉਹ ਵੱਖ ਵੱਖ ਲੀਡਰਾਂ ਨਾਲ ਗੱਲਬਾਤ ਕਰ ਰਹੇ ਹਾਂ। ਅਕਾਲੀ ਦਲ ਇਸ ਵੇਲੇ ਦੋ ਹਿੱਸਿਆਂ ਚ ਵੰਡੀ ਹੋਈ ਨਜ਼ਰ ਆ ਰਹੀ ਹੈ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਮੋਹਾਲੀ।